ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਨੇ ਕਿਹਾ ਹੈ ਕਿ ਭਾਰਤ ਦਾ ਵਿੱਤੀ ਬਾਜ਼ਾਰ ਟੈਕਨੋਲੋਜੀ ਅਤੇ ਵਪਾਰ ਦੇ ਮਾਮਲੇ ਵਿੱਚ ਵਿਸ਼ਵ ਵਿੱਚ ਸਰਵੋਤਮ ਹੈ। ਉਹ ਅੱਜ ਮੁੰਬਈ ਵਿੱਚ AMC, ਰੇਪੋ ਕਲੀਅਰਿੰਗ ਲਿਮਟਿਡ ਅਤੇ ਕਾਰਪੋਰੇਟ ਕਰਜ਼ ਬਾਜ਼ਾਰ ਵਿਕਾਸ ਫੰਡ ਦੀ ਸ਼ੁਰੂਆਤ ਕਰ ਰਹੇ ਸਨ। ਸੀ타ਰਮਨ ਨੇ ਕਿਹਾ ਕਿ ਇਸ ਖੇਤਰ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ। 10 ਵਰ੍ਹੇ ਪਹਿਲਾਂ ਭਾਰਤ ਦਾ ਬਾਜ਼ਾਰ ਪੂੰਜੀਕਰਨ ਸਿਰਫ 74 ਲੱਖ ਕਰੋੜ ਰੁਪਏ ਸੀ। ਇਸ ਮਗਰੋਂ ਹਰ ਇੱਕ 5 ਸਾਲ ਵਿੱਚ ਇਹ ਤਕਰੀਬਨ ਦੁੱਗਣਾ ਹੋਇਆ ਹੈ ਤੇ ਹੁਣ 300 ਲੱਖ ਕਰੋੜ ਰੁਪਏ ਤੱਕ ਪਹੁੰਚ ਰਿਹਾ ਹੈ। ਉਨਾ ਕਿਹਾ ਕਿ 2013 ਵਿੱਚ ਐਮਐਸਸੀਆਈ ਉਭਰਦੇ ਬਾਜ਼ਾਰ ਸੂਚਕ ਵਿੱਚ ਭਾਰਤ ਦਾ ਹਿੱਸਾ ਸਿਰਫ 6.3% ਸੀ ਅੱਜ ਉਹ ਵਧ ਕੇ 14.6% ਹੋ ਗਿਆ ਹੈ